ਸਲਾਮ ਵਾਲੇਕਮ ਦੋਸਤੋ ਮੈਂ ਆ ਮਹਮਦ ਹਦੀਦ ਤੇ ਤੁਸੀਂ ਦੇਖ ਰਹੇ ਹੋ ਹਦੀਦ ਐਡੀ ਬਲੌਗਸ ਉਮੀਦ ਕਰਦਾ ਜੀ ਕਿ ਮੇਰੇ ਸਾਰੇ ਦੋਸਤ ਕਰੀਆ ਤਾਂ ਹੋਵਾਂਗੇ ਜੀ ਦੋਸਤੋ ਅੱਜ ਤੁਹਾਡਾ ਨਾ ਸ਼ੇਅਰ ਕਰਾਂਗੇ ਤੇਲ ਦੀ ਫਸਲ ਦੀ ਵੀਡੀਓ ਤੇਲ ਦੀ ਫਸਲ ਮਾਸ਼ਾਅੱਲਾ ਬਹੁਤ ਜ਼ਬਰਦਸਤ ਖੜੀ ਹੋਈ ਆ ਜੀ ਦੋਸਤੋ ਐਵੇਂ ਸਾਡੇ ਬਹੁਤ ਹੀ ਪਿਆਰੇ ਜੇ ਭਾਈ ਦੋਸਤ ਤੇਲ ਦੀ ਫਸਲ ਦੇਖਣ ਵਾਸਤੇ ਆਏ ਸੀ ਤੇ ਮੈਂ ਸੋਚਿਆ ਦੋਸਤਾਂ ਦੇ ਨਾਲ ਵੀ ਵੀਡੀਓ ਸ਼ੇਅਰ ਕਰਾਂ ਦੋਸਤੋ ਹਜੇ ਤੇਲ ਦੀ ਕਟਾਈ ਕਾਫੀ ਜਗ੍ਹਾ ਤੇ ਸ਼ੁਰੂ ਵੀ ਹੋ ਗਈ ਮਗਰ ਹਜੇ ਅਸੀਂ ਕਟਾਈ ਸ਼ੁਰੂ ਨਹੀਂ ਕੀਤੀ ਅੱਜ ਡੇਟ ਵਾ 18 ਅਗਸਤ 2024 ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਇਲਾਕੇ ਦੇ ਵਿੱਚ ਮਾਸ਼ਾਅੱਲਾ ਸਭ ਤੋਂ ਟਾਪ ਦੀ ਫਸਲ ਤੇਲ ਦੀ ਇੱਥੇ ਖੜੀ ਵਾ ਇਹ ਫਸਲ ਵਾ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਬਰਦਸਤ ਫਲ ਲੱਗਿਆ ਹੋਇਆ ਬਹੁਤ ਜ਼ਿਆਦਾ ਫਲ ਲੱਗਿਆ ਹੋਇਆ ਮਾਸ਼ਾਅੱਲਾ ਤੇਲ ਨੂੰ ਤੇ ਤੁਸੀਂ ਦੇਖ ਸਕਦੇ ਹੋ ਕਿ ਟਾਣੀ ਬਿਲਕੁਲ ਥੱਲੇੋਂ ਲੈ ਕੇ ਉੱਤੇ ਤੱਕ ਬਿਲਕੁਲ ਫਲ ਦੇ ਨਾਲ ਭਰੀ ਹੋਈ ਵਾ ਤੇ ਹਜੇ ਵੀ ਉੱਪਰ ਕੁਝ ਫੁੱਲ ਲੱਗੇ ਹੋਏ ਵਾ ਜਿਹੜੇ ਕਿ ਸ਼ਾਇਦ ਸ਼ਾਇਦ ਦੋਸਤੋ ਇਹ ਫੁੱਲ ਵੀ ਫਲੀ ਦੀ ਫਲ ਦੀ ਸ਼ੁਰੂਤ اختیار ਕਰ ਲੈਣ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਉੱਪਰੋਂ ਲੈ ਕੇ ਤੇ ਨੀਚੇ ਤੱਕ ਬਿਲਕੁਲ ਬਹੁਤ ਜ਼ਬਰਦਸਤ ਫਲ ਲੱਗਿਆ ਹੋਇਆ ਦੋਸਤੋ ਇਹ ਅਗਰ ਦੇਖਿਆ ਜਾਵੇ ਤੇ ਬੰਦੇ ਤੋਂ ਕਾਫੀ ਉੱਚਾ ਨਿਕਲੇ ਹੋਇਆ ਤੇਲ ਤਕਰੀਬਨ ਇਹਨਾਂ ਦੀ ਹਾਈਟ 7 ਫੁੱਟ ਤੱਕ ਵਾ 7 ਫੁੱਟ ਹਾਈਟ ਤੱਕ ਮਾਸ਼ਾਅੱਲਾ ਤੁਲਿਉ ਕੋਈ 1.5 ਫੁੱਟ ਛੋੜ ਕੇ ਤੇ ਫਲ ਲੱਗਣਾ ਸ਼ੁਰੂ ਹੋਇਆ ਵਾ ਤਕਰੀਬਨ 500 5.5 ਫੁੱਟ ਤੱਕ ਇਹਨਾਂ ਨੂੰ ਫਲ ਲੱਗਿਆ ਹੋਇਆ ਵਾ ਪੌਦਿਆਂ ਨੂੰ ਤੇ ਮਾਸ਼ਾਅੱਲਾ ਬਹੁਤ ਜ਼ਬਰਦਸਤ ਫਲ ਲੱਗਿਆ ਹੋਇਆ ਵਾ ਦੋਸਤੋ ਥੋੜਾ ਥੋੜਾ ਪੀਲਾ ਰੰਗ ਹੋ ਰਿਹਾ ਵੈਨਾਂ ਦਾ ਤੇ ਹੁਣ ਇਨਸ਼ਾਅੱਲਾ ਮੌਸਮ ਸਾਫ ਹੋਣ ਦੇ ਬਾਅਦ ਇਨੀ ਕਟਾਈ ਸ਼ੁਰੂ ਕਰਵਾਵਾਂਗੇ ਕਟਾਈ ਸ਼ੁਰੂ ਕਰਕੇ ਤੇ ਫਿਰ ਇਨਸ਼ਾਅੱਲਾ ਸੁਖਕਣ ਤੋਂ ਬਾਅਦ ਇਹਨਾਂ ਨੂੰ ਗਾਵਾਂਗੇ ਇਹ ਦੇਖੋ ਦੋਸਤੋ ਬਹੁਤ ਅੱਛੇ ਤਰੀਕੇ ਨਾਲ ਫਲ ਲੱਗਿਆ ਹੋਇਆ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਭਾਈ ਹੋਣਾ ਤੋਂ ਵੀ ਤਕਰੀਬਨ 1 ਤੋਂ 4 ਫੁੱਟ ਤੋਂ ਵੀ ਜ਼ਿਆਦਾ ਇਹਨਾਂ ਦੀ ਹਾਈਟ ਵਾ ਤਕਰੀਬਨ ਇਸ ਪੌਦੇ ਦੀ ਹਾਈਟ 7 ਫੁੱਟ ਦੇ ਕਰੀਬ 9 ਫੁੱਟ ਹਾਈਟ ਹੈ ਅੰਦਰ ਦਾ ਹੋਰ ਮਾਸ਼ੱਲਾ ਫਲ ਵੀ ਬਹੁਤ ਜ਼ਬਰਦਸਤ ਲੱਗਿਆ ਹੋਇਆ ਵਾ ਬਾਰਸ਼ ਦੀ وجہ ਤੋਂ ਦੋਸਤੋ ਥੋੜੇ ਥੋੜੇ ਗਿਰ ਗਏ ਵਾਏ ਤਿਲਾਂ ਦੇ ਬੂਟੇ ਤੇ ਪਹਿਲੇ ਬਹੁਤ ਜ਼ਬਰਦਸਤ ਸਿੱਧੇ ਖੜੇ ਹੋਏ ਸੀਗੇ ਹੁਣ ਇਨਸ਼ਾਅੱਲਾ ਇਹਨਾਂ ਦੀ ਕਟਾਈ ਕਰਾਂਗੇ ਜੀ ਤੇ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਹੀਂ ਭੁੱਲਣਾ ਅੱਜ ਤੱਕ ਲਈ ਇੰਨਾ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ ਅੱਲਾਹ ਹਾਫਿਜ਼